ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਸਾਡੇ ਨਾਲ। ਜੀ ਹਾਂ, ਲਾਈਵ ਦਿਲ ਖੋਲ ਕੇ ਬੋਲ ਵਿਦ ਜੋਤੀ ਐਂਡ ਗੁਰਪ੍ਰੀਤ। ਔਰ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਅਸੀਂ ਹਾਜ਼ਰ ਹਾਂ ਇੱਕ ਵਧੀਆ ਟੋਪਿਕ ਤੁਹਾਡੇ ਲਈ ਲੈ ਕੇ, ਤੁਹਾਡੀ ਹੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਟੋਪਿਕ। ਇਮੋਸ਼ਨਸ ਦੇ ਵਿੱਚੋਂ ਤੁਸੀਂ ਵੀ ਕਈ ਵਾਰੀ ਗੁਜ਼ਰੇ ਹੋਵੋਗੇ, ਕਈ ਵਾਰੀ ਅਪਸ ਐਂਡ ਡਾਊਨ ਲਾਈਫ ਦੇ ਵਿੱਚ ਆਉਂਦੇ ਨੇ, ਕਿਉਂਕਿ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ, ਪੰਜੋ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ। ਬੇਸ਼ੱਕ ਅਸੀਂ ਜਿੰਨੇ ਮਰਜ਼ੀ ਦੂਜਿਆਂ ਲਈ ਚੰਗੇ ਹਾਂ, ਅਸੀਂ ਚੰਗੀ ਸੋਚ ਰੱਖਦੇ ਹਾਂ, ਅਸੀਂ ਦੂਜਿਆਂ ਲਈ ਚੰਗਾ ਕੰਮ ਕਰਦੇ ਹਾਂ, ਲੇਕਿਨ ਦੂਜੇ ਨੂੰ ਉਹਦੀ ਵੈਲਿਊ ਜੇ ਨਹੀਂ ਕਿਸੇ ਵੇਲੇ ਪਤਾ ਹੁੰਦੀ, ਜ਼ਰੂਰ ਅਸੀਂ ਕਈ ਵਾਰੀ ਨਾਰਾਜ਼ ਹੋ ਜਾਂਦੇ ਹਾਂ, ਸਾਡੇ ਇਮੋਸ਼ਨਸ ਜਿਹੜੇ ਆ ਸਾਡੇ ਬੇਕਾਬੂ ਹੋ ਜਾਂਦੇ ਆ। ਕਿਉਂ ਹੁੰਦੇ ਬੇਕਾਬੂ? ਕਿਉਂਕਿ ਅਸੀਂ ਆਪਣੇ ਵੱਲੋਂ 101% ਅਗਲੇ ਲਈ ਦੇ ਰਹੇ ਹਾਂ, ਪਰ ਅਗਲਾ ਜਿਹੜਾ ਉਹ ਸਾਡੇ ਇਮੋਸ਼ਨਸ ਦੇ ਨਾਲ ਖੇਡ ਲਿਆ, ਅਗਲਾ ਸਾਨੂੰ ਜਿਹੜਾ ਫੋਰ ਗ੍ਰਾਂਟਡ ਲੈ ਰਿਹਾ, ਇਸ ਲਈ ਅਸੀਂ ਉਹਦੇ 'ਤੇ ਨਾਰਾਜ਼ ਹੋ ਰਹੇ ਹਾਂ, ਜਾਂ ਅਸੀਂ ਆਪਣੇ ਆਪ ਨਾਲ ਨਾਰਾਜ਼ ਹੋ ਰਹੇ ਹਾਂ, ਜਾਂ ਅਸੀਂ ਗੁੱਸੇ ਹੋ ਰਹੇ ਹਾਂ, ਰਾਈਟ? ਸੋ ਇਸ ਸਿਚੁਏਸ਼ਨ ਦੇ ਵਿੱਚ ਕੀ ਕਰੀਏ? ਮੈਨੂੰ ਪਤਾ ਕਿ ਕਹਿਣਾ ਆਸਾਨ ਹੈ, ਕਰਨਾ ਬਹੁਤ ਔਖਾ ਹੈ, ਹਮੇਸ਼ਾ ਭਾਸ਼ਣ ਦੇਣਾ ਆਸਾਨ ਹੁੰਦਾ, ਲੇਕਿਨ ਜਦੋਂ ਉਸ ਸਿਚੁਏਸ਼ਨ ਦੇ ਵਿੱਚੋਂ ਇਨਸਾਨ ਗੁਜ਼ਰਦਾ ਹੈ ਗੁਰਪ੍ਰੀਤ ਜੀ, ਉਹਦੇ ਲਈ ਆਈ ਥਿੰਕ ਬਹੁਤ ਮੁਸ਼ਕਿਲ ਹੁੰਦਾ ਸਿਚੁਏਸ਼ਨ ਨੂੰ ਹੈਂਡਲ ਕਰਨਾ। ਜੀ ਜੋਤੀ ਜੀ, ਇਮੋਸ਼ਨਸ ਹੀ ਦੇਖੋ, ਪਰਿਵਾਰ ਦੇ ਇੱਕ ਪਰਿਵਾਰ ਦੇ ਵਿੱਚ ਜਦੋਂ ਬੰਦਾ ਜੁੜਦਾ ਤਾਂ ਉਹ ਇਮੋਸ਼ਨਸ ਕਰਕੇ ਹੀ ਜੁੜਦਾ। ਇੱਕ ਬੱਚਾ ਜਦੋਂ ਵੱਡਾ ਹੁੰਦਾ, ਪਹਿਲਾਂ ਤਾਂ ਉਹ ਮਾਂ ਬਾਪ ਦੇ ਇਮੋਸ਼ਨਸ ਦੇ ਨਾਲ ਅਟੈਚ ਹੋਇਆ ਹੁੰਦਾ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਉਹ ਆਪਣੀ ਜ਼ਿੰਮੇਦਾਰੀਆਂ ਸਮਝਦਾ, ਆਪਣੇ ਮਾਂ ਬਾਪ ਦੀ ਟੇਕ ਕੇਅਰ ਕਰਨ ਲਈ, ਆਪਣੇ ਭੈਣ ਭਰਾ ਦੀ ਟੇਕ ਕੇਅਰ ਕਰਨ ਲਈ, ਉਹ ਇਮੋਸ਼ਨਸ ਨੂੰ ਅੱਗੇ ਵਧਾਉਂਦਾ ਹੋਇਆ ਉਹਨਾਂ ਬਾਰੇ ਸੋਚਦਾ ਕਿ ਇਹਨਾਂ ਲਈ ਮੈਂ ਕੀ ਕਰ ਸਕਦਾ, ਕੀ ਨਹੀਂ ਕਰ ਸਕਦਾ ਔਰ ਕੀ ਕਰ ਸਕਦਾ। ਇਸ ਲਈ ਹੁਣ ਜਿੱਦਾਂ ਆਪਣੇ ਕੋਈ ਇੰਨੀਆਂ ਐਗਜ਼ਾਮਪਲਾਂ ਨੇ ਜੀ, ਆਪਣੇ 80% ਜਿੰਨੇ ਵੀ 2 ਦਹਾਕੇ ਜਾਂ 3 ਦਹਾਕਿਆਂ ਤੋਂ ਪਹਿਲਾਂ ਇੱਥੇ ਲੋਕ ਆਏ ਹੋਏ ਨੇ, ਉਹ ਇਮੋਸ਼ਨਸ ਕਰਕੇ ਹੀ ਆਪਣੀ ਫੈਮਿਲੀਆਂ ਨਾਲ ਜੁੜੇ ਹੋਏ ਸੀ, ਕਿਉਂਕਿ ਆਪਣੀ ਫੈਮਿਲੀਆਂ ਨੂੰ, ਜਿਹਨੂੰ ਕਹਿ ਲਓ ਕਿ ਗਰੀਬੀ 'ਚ ਉੱਠ ਕੇ ਜਿਹੜੇ ਬੰਦੇ ਆਏ ਹੋਏ ਨੇ, ਉਹ ਇੰਨੇ ਕੁ ਜ਼ਿਆਦਾ ਆਪਣੀ ਫੈਮਿਲੀ ਨੇ ਇਮੋਸ਼ਨਸ ਨਾਲ ਜੁੜੇ ਹੁੰਦੇ ਸੀਗੇ ਕਿ ਉਹ ਕਿਵੇਂ ਨਾ ਕਿਵੇਂ ਹੀਲਾ ਫਸੀਲਾ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਗਏ, ਕੋਈ ਦੁਬਈ 'ਚ ਗਿਆ, ਕੋਈ ਸਿੰਗਾਪੁਰ 'ਚ ਜਾਂਦਾ ਰਿਹਾ, ਜਾਂ ਕੋਈ ਕੈਨੇਡਾ ਜਾਂ ਅਮੈਰੀਕਾ ਜਿਹੇ ਜਿਹੇ ਮੁਲਕਾਂ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ, ਸਿਰਫ ਇਮੋਸ਼ਨਸ ਦੀ ਵਜ੍ਹਾ ਨਾਲ ਹੀ, ਕਿਉਂਕਿ ਇਮੋਸ਼ਨ ਜਿਹੜੀ ਚੀਜ਼ ਹੈ, ਇੱਕ ਪਿਆਰ ਔਰ ਇਮੋਸ਼ਨਸ ਜਿਹੜੇ ਬੰਦੇ ਨੂੰ ਆਪਣੀ ਫੈਮਿਲੀ ਨਾਲ, ਆਪਣੇ ਰਿਸ਼ਤਿਆਂ ਨਾਲ ਜੋੜ ਕੇ ਰੱਖਦੇ ਨੇ, ਔਰ ਇਸ ਦੀ ਵਜ੍ਹਾ ਨਾਲ ਹੀ ਉਹ ਫਿਰ ਤਰੱਕੀ ਕਰਦਾ, ਮਿਹਨਤ ਕਰਦਾ। ਜਿੱਦਾਂ ਆਪਣਾ ਕੱਲ੍ਹ ਦਾ ਟੋਪਿਕ ਸੀ ਜੋਸ਼ ਔਰ ਹੋਸ਼ ਦੇ ਵਿੱਚ ਗੱਲਬਾਤ ਕਰਨੀ, ਔਰ ਇਸੇ ਤਰ੍ਹਾਂ ਹੀ ਇਮੋਸ਼ਨਸ ਜਿਹੜੇ ਨੇ ਉਹ ਇਨਸਾਨ ਨੂੰ ਕਿਤੋਂ ਤੋਂ ਕਿਤੇ ਪਹੁੰਚਾ ਦਿੰਦੇ ਨੇ, ਅਗਰ ਇਮੋਸ਼ਨਸ ਦਾ ਆਪਾਂ ਸਹੀ ਢੰਗ ਨਾਲ ਇਸਤੇਮਾਲ ਕਰਦੇ ਹਾਂ। ਕਈ ਵਾਰੀ ਕੀ ਹੁੰਦਾ ਗੁਰਪ੍ਰੀਤ ਜੀ, ਮੈਂ ਵੀ ਦੇਖਿਆ ਕੁਝ ਰਿਸ਼ਤਿਆਂ ਦੇ ਵਿੱਚ, ਖਾਸ ਤੌਰ ਤੇ ਭਰਾ ਭੈਣਾਂ 'ਚ ਵੀ ਇਹ ਗੱਲਬਾਤ ਆ ਜਾਂਦੀ ਹੈ, ਜਾਂ ਹਸਬੈਂਡ ਵਾਈਫ ਦੇ ਵਿੱਚ ਵੀ ਤੇਰ ਮੇਰ ਜਿਹੜੀ ਹੈ ਬੜੀ ਆ ਜਾਂਦੀ ਹੈ। ਕਈ ਵਾਰੀ ਅਸੀਂ ਇੱਕ ਦੂਜੇ ਦੇ ਇਮੋਸ਼ਨਸ ਨੂੰ ਸਮਝਣ ਦੀ ਬਜਾਏ ਅਸੀਂ ਇੱਕ ਦੂਜੇ ਲਈ ਜ਼ਿਆਦਾ ਮਟੀਰੀਅਲਿਸਟਿਕ ਹੋ ਜਾਂਦੇ ਹਾਂ। ਬਿਲਕੁਲ, ਅਸੀਂ ਸੋਚਦੇ ਹਾਂ ਕਿ ਇਹ ਸਾਡੀ ਵਾਈਫ ਹੈ, ਇਹਨੂੰ ਅਸੀਂ ਵਿਆਹ ਕਰਕੇ ਲਿਆਂਦਾ, ਇਹਦਾ ਕੰਮ ਹੈਗਾ ਬੱਚੇ ਸਾਹਮਣਾ, ਘਰ ਸਾਹਮਣਾ, ਪੈਸੇ ਵੀ ਕਮਾਉਣਾ, ਸੋਸ਼ਲ ਸਰਕਲ ਵੀ ਦੇਖਣਾ, ਤੇ ਮੇਰੀ ਲੱਲੇ ਪੱਛੇ ਵੀ ਕਰਨਾ। ਬਿਲਕੁਲ, ਰਾਈਟ? ਤੇ ਅਸੀਂ ਇਹ ਨਹੀਂ ਸੋਚਦੇ ਕਿ ਉਹ ਵੀ ਇੱਕ ਇਨਸਾਨ ਹੈ, ਉਹਦੇ ਅੰਦਰ ਵੀ ਇਮੋਸ਼ਨਸ ਹੈ, ਉਹਦੇ ਇਮੋਸ਼ਨਸ ਦੀ ਕਦਰ ਕਰੀਏ। ਜੇ ਬਿਮਾਰ ਹੈ, ਅਸੀਂ ਉਹਨੂੰ ਕਹੀਏ ਤੂੰ ਰੈਸਟ ਕਰ, ਕੋਈ ਗੱਲ ਨਹੀਂ, ਖਾਣਾ ਬਾਅਦ 'ਚੋਂ ਬਣ ਜੂਗਾ, ਬਾਹਰੋਂ ਆ ਜੂਗਾ। ਬਟ ਕਈ ਵਾਰੀ ਮੈਂ ਦੇਖ ਰਹੀ ਹਾਂ ਕਈ ਪਰਿਵਾਰਾਂ ਦੇ ਵਿੱਚ, ਮੈਂ ਇੱਦਾਂ ਕਿਸੇ ਸੁਣਨ 'ਚ ਵੀ ਆਇਆ ਕਿ ਵਾਈਫ ਬਿਮਾਰ ਵੀ ਹੈ ਤੇ ਹਸਬੈਂਡ ਕਹਿ ਰਿਹਾ ਤਾਂ ਕੀ ਹੋ ਗਿਆ, ਸਾਰਿਆਂ ਨਾਲ ਹੁੰਦਾ ਇੱਦਾਂ, ਚੱਲ ਉੱਠ ਕੇ ਖਾਣਾ ਬਣਾ, ਹੈ ਨਾ? ਤੂੰ ਜੇ ਇੱਕ ਦਿਨ ਵਾਈਫ ਕਿਤੇ ਲੇਟ ਹੋ ਗਈ ਕੰਮ ਕਰਨ ਦੇ ਵਿੱਚ, ਤਾਂ ਉਹਦੀ ਮਜਬੂਰੀ ਨੂੰ, ਉਹਦੇ ਇਮੋਸ਼ਨਸ ਨੂੰ ਸਮਝਣ ਦੀ ਬਜਾਏ ਉਹਨੂੰ ਉਹਦੇ ਅੱਗੇ ਪਿੱਛੇ ਦੀ ਇੱਕ ਕਰਤੀ, ਉਹਦੇ ਜਿਹੜੇ ਪਿੱਛੇ ਦੇ ਕੀਤੇ ਚੰਗੇ ਕੰਮ ਹੈ ਉਹਨੂੰ ਅਸੀਂ ਇਗਨੋਰ ਕਰ ਦਿੱਤਾ। ਦੇਖੋ ਜੀ, ਇਹ ਸਾਰਾ ਕੁਝ ਇਮੋਸ਼ਨ ਨਾਲ ਹੀ ਜੁੜਿਆ ਹੋਇਆ, ਕਿਉਂਕਿ ਦੇਖੋ ਬੰਦਾ ਇੰਨੇ ਜ਼ਿਆਦਾ ਐਫਰਟ ਕਰਦਾ, ਇੰਨੇ ਜ਼ਿਆਦਾ ਉਹ ਘਾਲਣਾ ਘਾਲਦਾ ਵਾ, ਚਾਹੇ ਉਹ ਹਸਬੈਂਡ ਆ ਚਾਹੇ ਵਾਈਫ ਆ, ਕਿਉਂਕਿ ਕੈਨੇਡਾ ਜਿਹੇ ਜਿਹੇ ਮੁਲਕ ਦੇ ਵਿੱਚ ਹਰ ਕੋਈ ਬਰਾਬਰ ਆ, ਇੱਥੇ ਕੋਈ ਵੱਡਾ ਜਾਂ ਛੋਟਾ ਜਾਂ ਕੋਈ ਔਰਤ ਜਾਂ ਮਰਦ ਨਹੀਂ ਹੈ। ਕਿਉਂਕਿ ਜੀ ਜੀ ਸਟੂਡੀਓ ਦੇ ਵਿੱਚ ਕਾਲਾਂ ਲੈ ਰਹੇ ਹਾਂ ਜੀ, ਨਾਲ ਦੀ ਨਾਲ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਦੇ ਰਹਾਂਗੇ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਅੱਛਾ, ਵਧੀਆ ਲੱਗਿਆ ਤੁਹਾਨੂੰ ਰੋਲ? ਵਧੀਆ ਮੂਵੀ ਆ, ਕੋਸ਼ਿਸ਼ ਕਰੋ ਅੱਗੇ ਤੁਸੀਂ ਕੋਈ ਹੋਰ ਤੁਸੀਂ ਮਤਲਬ ਮੂਵੀ। ਥੈਂਕ ਯੂ ਸੋ ਮਚ, ਤੁਹਾਡੀਆਂ ਦੁਆਵਾਂ ਨਾਲ ਰਹਿਣੀਆਂ ਚਾਹੀਦੀਆਂ, ਔਰ ਮੈਂ ਤੇ ਚਾਹੁੰਦੀ ਹਾਂ ਕਿ ਮੈਨੂੰ ਬਹੁਤ ਸਾਰੀਆਂ ਫਿਲਮਾਂ ਮਿਲਣ ਔਰ ਮੈਂ ਵਧੀਆ ਵਧੀਆ ਕੰਮ ਕਰਾਂ ਤੁਹਾਡੇ ਸਾਰਿਆਂ ਲਈ। ਜੀ, ਤੁਸੀਂ ਇਸ ਟੌਪਿਕ ਨਾਲ ਰਿਲੇਟਡ ਕੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਜੀ? ਟੌਪਿਕ ਦੇ ਨਾਲ ਰਿਲੇਟਡ ਕੋਈ ਵਿਚਾਰ ਤਾਂ ਨਹੀਂ, ਲੇਕਿਨ ਜੋ ਵੀ ਤੁਸੀਂ ਕਹਿ ਰਹੇ ਹੋ ਬਹੁਤ ਅੱਛਾ ਲੱਗ ਰਿਹਾ, ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਜੀ। ਤੇ ਕੱਲ ਵੀ ਤੁਸੀਂ ਬਹੁਤ ਅੱਛਾ ਟੌਪਿਕ ਕੀਤਾ ਸਰ, ਉਹਦੇ ਵਿੱਚ ਬਹੁਤ ਕੁਝ ਤੁਸੀਂ ਲਰਨ ਕਰ ਸਕਦੇ ਹੋ। ਜੀ ਹਾਂਜੀ, ਤੁਸੀਂ ਹਾਂਜੀ
ਜੋਸ਼ ਦੇ ਨਾਲ ਤੁਸੀਂ ਜਿਹੜਾ ਵੀ ਕੰਮ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਕਰ ਰਹੇ ਹੋ, ਜੋਸ਼ ਤੁਹਾਡੇ ਚ ਹੋਣਾ ਚਾਹੀਦਾ, ਬਟ ਉਹਦੇ ਵਿੱਚ ਅੱਛੀ ਹੋਸ਼ ਰੱਖਣਾ ਚਾਹੀਦਾ ਹੋਣਾ ਚਾਹੀਦਾ। ਹਾਂਜੀ ਹਾਂਜੀ, ਲੇਕਿਨ ਯੂ ਆਰ ਡੂਇੰਗ ਵੈਰੀ ਵੈਲ। ਥੈਂਕ ਯੂ। ਮੈਂ ਇਹ ਕਹਿ ਰਹੀ ਹਾਂ ਅੱਜ ਜੋਤੀ ਨੂੰ ਬੜੇ ਪਿਆਰੇ ਲੱਗ ਰਹੇ ਆ। ਹਾਂ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਅੱਛਾ ਇੱਕ ਗੱਲ ਦੱਸੋ, ਜੇ ਕਦੀ ਤੁਹਾਡੇ ਲਈ, ਹਾਂਜੀ ਹੈਲੋ, ਆਈ ਥਿੰਕ ਜੀ ਆਪਣੀ ਲਾਈਨ ਡਿਸਕਨੈਕਟ ਹੋ ਗਈ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤਾ, ਸਾਨੂੰ ਬਹੁਤ ਵਧੀਆ ਲੱਗਿਆ, ਔਰ ਤੁਹਾਡੇ ਜਿਹੜੇ ਵਰਡਸ ਹੈ, ਫੁੱਲ ਵਰਗੇ ਵਰਡਸ ਹੈ, ਪਿਆਰੇ ਵਰਡਸ ਹੈ, ਚਾਹੇ ਤੁਸੀਂ ਸਾਡੇ ਟੌਪਿਕ ਦੀ ਤਾਰੀਫ ਕਰਦੇ ਹੋ ਜਾਂ ਸਾਡੀ ਤਾਰੀਫ ਕਰਦੇ ਹੋ ਜਾਂ ਕਿਸੇ ਵੀ ਚੀਜ਼ ਦੀ ਤਾਰੀਫ ਕਰਦੇ ਹੋ, ਆਈ ਥਿੰਕ ਮੈਨੂੰ ਲੱਗਦਾ ਕਿ ਇਨਕਰੇਜਮੈਂਟ ਜਿਹੜੀ ਹੈ ਜਦੋਂ ਮਿਲਦੀ ਹੈ ਤੇ ਉਹਦੇ ਨਾਲ ਵੀ ਸਾਡੇ ਜਿਹੜੇ ਇਮੋਸ਼ਨਸ ਹੈ ਉਹ ਹੋਰ ਵਧੀਆ ਹੋ ਜਾਂਦੇ ਆ। ਦੇਖੋ ਜੀ ਹੁਣ ਆਹ ਜਦੋਂ ਆਪਣੇ ਕਾਲਰ ਆਏ ਨੇ, ਸੋ ਦੇਖੋ ਇੱਕ ਤਰ੍ਹਾਂ ਦਾ ਸਾਡਾ ਇਮੋਸ਼ਨਸ ਇਹਨਾਂ ਨਾਲ ਜੁੜ ਗਿਆ। ਹਾਂਜੀ, ਇਹਨਾਂ ਦੇ ਬੋਲੇ ਬੋਲ ਸਾਨੂੰ ਜਿਹਨੂੰ ਕਹਿੰਦੇ ਕਿ ਸੋਚਣ 'ਤੇ ਮਜਬੂਰ ਕਰਦਾ ਕਿ ਕੋਈ ਵੀ ਇਨਸਾਨ ਆ ਜਦੋਂ ਕਿਸੇ ਲਈ ਕੋਈ ਬੋਲ ਕਹਿੰਦੇ ਕਿ ਕਮਾਨ 'ਚੋਂ ਨਿਕਲਿਆ ਤੀਰ, ਬੰਦੂਕ 'ਚੋਂ ਨਿਕਲੀ ਗੋਲੀ ਅਤੇ ਮੂੰਹ 'ਚੋਂ ਨਿਕਲੀ ਜ਼ੁਬਾਨ ਲਫ਼ਜ਼, ਉਹ ਵਾਪਸ ਨਹੀਂ ਪਰਤੇ ਜਾ ਸਕਦੇ। ਔਰ ਬੜਾ ਸੋਚ ਸਮਝ ਕੇ ਔਰ ਬੜਾ ਥਿੰਕ ਕਰਕੇ ਆਪਾਂ ਨੂੰ ਬੋਲਣਾ ਚਾਹੀਦਾ ਕਿਸੇ ਲਈ, ਕਿਸੇ ਪ੍ਰਤੀ ਕੋਈ ਲਫ਼ਜ਼ ਕੱਢਣਾ ਚਾਹੀਦਾ। ਕਹਿੰਦੇ ਨੇ ਤੋਲ ਮੋਲ ਕੇ ਬੋਲਣ ਵਾਲੀ ਇਨਸਾਨ ਜਿਹੜਾ ਉਹ ਉਸਦੀ ਪਹਿਚਾਣ ਹੀ ਬੋਲਾਂ ਤੋਂ ਹੁੰਦੀ ਹੈ। ਪਰ ਗੁਰਪ੍ਰੀਤ ਜੀ, ਕਦੇ ਕਦੇ ਇਮੋਸ਼ਨਸ ਇਨਸਾਨ ਦੇ ਇੰਨੇ ਜ਼ਿਆਦਾ ਹਰਟ ਹੋ ਜਾਂਦੇ ਆ ਕਿ ਤੁਹਾਡਾ ਕਹਿ ਲਓ ਕਿ ਤੁਸੀਂ ਕਹਿ ਲਓ ਰੂਹ ਤੋਂ ਦੁਖੀ ਹੋ ਜਾਂਦੇ ਹੋ ਤੇ ਤੁਹਾਡੀ ਆਵਾਜ਼ ਜਿਹੜੀ ਹੈ ਰੂਹ ਤੋਂ ਨਿਕਲਦੀ ਹੈ। ਤੁਹਾਡੇ ਇਮੋਸ਼ਨ ਨਾਲ ਰਿਲੇਟਡ ਮੈਂ ਇੱਕ ਤੁਹਾਨੂੰ ਕਹਾਣੀ ਸੁਣਾਉਣਾ ਜੀ। ਮਹਾਤਮਾ ਬੁੱਧ ਜੀ ਇੱਦਾਂ ਤੁਰੇ ਜਾ ਰਹੇ ਹੁੰਦੇ ਆ, ਰਸਤੇ ਵਿੱਚ ਪਿੰਡ 'ਚ ਉਹਨਾਂ ਨੇ ਇੱਕ ਜਿਹਨੂੰ ਕਹਿ ਲਓ ਕਿ ਇੱਕ ਇਨਸਾਨ ਟੱਕਰਦਾ, ਉਹ ਉਸਨੂੰ ਬਹੁਤ ਬੁਰਾ ਭਲਾ ਕਹਿੰਦਾ, ਬਹੁਤ ਜ਼ਿਆਦਾ ਕਿ ਇੱਥੇ ਤਾਂ ਬਹੁਤ ਸਾਧੂ ਸੰਤ ਤੁਰੇ ਫਿਰਦੇ ਆ, ਦਿਸ ਐਂਡ ਦੈਟ। ਜਿੰਨਾ ਉਸਦੇ ਵਿੱਚ ਪੜਾਅ ਸੀ ਉਹ ਸਾਰੀ ਬੁੱਧ ਜੀ 'ਤੇ ਕੱਢ ਦਿੰਦਾ, ਔਰ ਉਹ ਚੁੱਪ ਚਾਪ ਆਪਣੀ ਸਮਾਈਲ ਫੇਸ ਦੇ ਨਾਲ ਅੱਗੇ ਵੱਧ ਜਾਂਦੇ ਆ। ਉਹਨਾਂ ਦੇ ਨਾਲ ਦੇ ਜਿਹੜੇ ਉਹਨਾਂ ਦੇ ਅਨੁਯਾਈ ਹੁੰਦੇ ਆ, ਉਹ ਪੁੱਛਦੇ ਆ ਕਿ ਤੁਸੀਂ ਇਸ ਨੂੰ ਉਹਨਾਂ ਨੂੰ ਤੁਸੀਂ ਉਲਟਾ ਬੁਰਾ ਭਲਾ ਕਿਉਂ ਨਹੀਂ ਕਿਹਾ, ਕਿਉਂ ਨਹੀਂ ਤੁਸੀਂ ਉਹਨਾਂ ਨੇ ਤੁਹਾਨੂੰ ਇੰਨਾ ਜ਼ਿਆਦਾ ਬੋਲਿਆ, ਇੰਨਾ ਜ਼ਿਆਦਾ ਤੁਹਾਡੇ ਬਾਰੇ ਮਾੜਾ ਚੰਗਾ ਬੋਲਿਆ, ਮੰਦੀ ਸ਼ਬਦਾਵਲੀ ਪੇਸ਼ ਕੀਤੀ ਉਹਨੇ, ਵੀ ਤੁਸੀਂ ਉਹਨਾਂ ਦੇ ਪ੍ਰਤੀ ਇੰਨੀ ਹਲੀਮੀ ਵਰਤੀ ਆ, ਕੋਈ ਤੁਹਾਡੇ ਹਾਵ ਭਾਵ ਨਹੀਂ ਚੇਂਜ ਹੋਏ, ਕੋਈ ਤੁਹਾਡੇ 'ਚ ਇਮੋਸ਼ਨਸ ਨਹੀਂ ਆਏ। ਸੋ ਬੁੱਧ ਜੀ ਨੇ ਉੱਥੇ ਕਿਹਾ ਕਿ ਦੇਖੋ ਹਰ ਇਨਸਾਨ ਦਾ ਆਪੋ ਆਪਣਾ ਇੱਕ ਬਾਉਂਡਰੀ ਹੁੰਦੀ ਆ, ਮੈਨੂੰ ਕਿੰਨੀ ਕੁ ਲੋੜ ਆ ਮੇਰੀ ਬਾਉਂਡਰੀ ਦੇ ਵਿੱਚ ਚੀਜ਼ ਲੈਣ ਦੀ, ਉਹ ਮੈਂ ਲੈ ਰਿਹਾ। ਤੁਸੀਂ ਕਿਸੇ ਦੀ ਗੱਲ ਨੂੰ ਕਿੰਨਾ ਕੁ ਲਾਈਟਲੀ ਲੈਂਦੇ ਹੋ, ਕਿੰਨਾ ਕੁ ਸੀਰੀਅਸ ਲੈਂਦੇ ਹੋ, ਇਹ ਤੁਹਾਡੇ 'ਤੇ ਡਿਪੈਂਡ ਕਰਦਾ, ਠੀਕ ਹੈ ਜੀ। ਅਗਰ ਤੁਹਾਨੂੰ ਕੋਈ ਗੱਲ ਕੱਢ ਰਿਹਾ ਉਹਨੂੰ ਤੁਸੀਂ ਸੁਣੋ ਵੀ ਨਾ, ਉਸ ਦੇ ਮਨ ਦੇ ਵਿੱਚ ਇਹ ਜਾਊਗਾ ਕਿ ਮੈਂ ਆਪਣੀ ਪੜਾਸ ਕੱਢੀ ਅਤੇ ਤੁਰ ਗਿਆ, ਉਹਦਾ ਮਨ ਹਲਕਾ ਹੋ ਗਿਆ, ਬਟ ਤੁਹਾਡੇ 'ਤੇ ਉਸ ਚੀਜ਼ ਦਾ ਕੀ ਅਸਰ ਹੋਇਆ, ਉਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਉਸਨੂੰ ਕਿਸ ਤਰ੍ਹਾਂ ਲੈਣਾ, ਤੁਸੀਂ ਆਪਣੇ ਇਮੋਸ਼ਨਸ ਨੂੰ ਕਿਸ ਤਰ੍ਹਾਂ ਵਰਤਣਾ, ਤੁਸੀਂ ਉਸਨੂੰ ਗੁੱਸੇ 'ਚ ਵਰਤੋ ਜਾਂ ਉਸਨੂੰ ਇਗਨੋਰ ਕਰ ਦਿਉ। ਇਗਨੋਰ ਕਰ ਦੋਗੇ ਤਾਂ ਤੁਹਾਡੇ ਮਨ 'ਤੇ ਜਾਂ ਤੁਹਾਡੇ ਸਰੀਰ 'ਤੇ ਜਾਂ ਤੁਹਾਡੇ ਦਿਮਾਗ 'ਤੇ ਉਸ ਚੀਜ਼ ਦਾ ਕੋਈ ਅਸਰ ਨਹੀਂ ਪਵੇਗਾ, ਪਰ ਜੇ ਤੁਸੀਂ ਉਸਨੂੰ ਸੀਰੀਅਸ ਲੈ ਲਓਗੇ, ਇਮੋਸ਼ਨਲੀ ਹੋ ਜਾਓਗੇ ਉਸ ਚੀਜ਼ ਬਾਰੇ, ਤਾਂ ਉਹ ਤੁਹਾਡੇ ਦਿਮਾਗ 'ਚ ਖਟਕਦੀ ਰਹੇਗੀ ਕਿ ਇਹ ਬੰਦਾ ਮੈਨੂੰ ਬੋਲ ਕਿੱਦਾਂ ਗਿਆ, ਰਾਈਟ। ਔਰ ਹੌਲੀ 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 ਉਹ ਚੀਜ਼ ਵੱਧਦੀ 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 ਇਸ ਹੱਦ ਤੱਕ ਵੱਧ ਜੂਗੀ ਕਿ ਤੁਹਾਡੇ ਅੰਦਰ ਗੁੱਸਾ ਪੈਦਾ ਹੋਣਾ ਸ਼ੁਰੂ ਹੋ ਜਾਂਦਾ, ਔਰ ਇਹੀ ਗੁੱਸਾ ਜਿਹੜਾ ਅੱਗੇ ਚੱਲ ਕੇ ਤੁਸੀਂ ਆਪਣੇ ਬੱਚਿਆਂ 'ਤੇ ਕੱਢੋਗੇ, ਆਪਣੀ ਵਾਈਫ ਜਾਂ ਹਸਬੈਂਡ 'ਤੇ ਕੱਢੋਗੇ, ਠੀਕ ਹੈ, ਆਪਣੇ ਰਿਸ਼ਤੇਦਾਰਾਂ 'ਤੇ ਕੱਢੋਗੇ, 10 ਜਾਣਿਆਂ ਨੂੰ ਉਸ ਚੀਜ਼ ਬਾਰੇ ਦੱਸੋਗੇ ਕਿ ਉਹ ਬੰਦਾ ਮੈਨੂੰ ਇੱਦਾਂ ਬੋਲ ਕੇ ਗਿਆ, ਐਨਰਜੀ ਤੁਹਾਡੀ ਵੇਸਟ ਹੋਈ ਹੈ, ਠੀਕ ਹੈ ਜੀ, ਸਰੀਰ ਤੁਹਾਡਾ ਖਰਾਬ ਹੋਇਆ, ਰਿਲੇਸ਼ਨ ਤੁਹਾਡਾ ਖਰਾਬ ਹੋਇਆ, ਸਿਰਫ ਇੱਕ ਬੋਲਾਂ ਨਾਲ। ਅਗਰ ਇਸੇ ਬੋਲਾਂ ਨੂੰ ਤੁਸੀਂ ਇਗਨੋਰ ਹੀ ਕਰ ਦਿੰਦੇ ਵੀ ਚੱਲ ਜੋ ਰੱਬ ਦੇ ਭਲੇ ਵਿੱਚ ਉਹ ਬੋਲ ਗਿਆ ਬੋਲ ਗਿਆ, ਠੀਕ ਹੈ ਜੀ। ਸੋ ਅਗਰ ਇਸ ਨੂੰ ਆਪਾਂ ਲਾਈਟਲੀ ਲੈ ਲਈਏ, ਠੀਕ ਹੈ, ਕਈ ਵਾਰੀ ਕਹਿੰਦੇ ਹੁੰਦੇ ਆ ਕਿ ਖਤਰਾ ਜਿਹੜਾ ਹੁੰਦਾ ਉਹ ਜਦੋਂ ਕੋਈ ਵੀ ਆਪਣੇ 'ਤੇ ਭਾਰੀ ਪੈਂਦੀ ਹੈ ਜਾਂ ਖਤਰਾ ਹੁੰਦਾ, ਉਹਨੂੰ ਮੰਨਦੇ ਆ ਕਿ ਹਾਂਜੀ ਇਹ ਆਪਣੇ ਆਪਾਂ ਇਸ ਖਤਰੇ ਤੋਂ ਆਪਾਂ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਪਰ ਜਿਹੜਾ ਡਰ ਔਰ ਗੁੱਸਾ ਉਹ ਆਪਸ਼ਨਲ ਹੁੰਦਾ, ਉਸਨੂੰ ਆਪਾਂ ਕਿੱਦਾਂ ਲੈਣਾ ਇਹ ਆਪਣੇ ਆਪ 'ਤੇ ਡਿਪੈਂਡ ਕਰਦਾ। ਪਰ ਕਈ ਵਾਰੀ ਹੁੰਦਾ ਨਾ ਗੁਰਪ੍ਰੀਤ ਜੀ, ਇੱਦਾਂ ਹੁੰਦੀ ਸਿਚੁਏਸ਼ਨ ਇੱਦਾਂ ਹੁੰਦੀ ਹੈ ਕਿ ਇਨਸਾਨ ਗੁੱਸੇ ਵਿੱਚ ਤਾਂ ਆਉਂਦਾ ਕਿ ਜਦੋਂ ਤੁਹਾਨੂੰ ਲੱਗਦਾ ਕਿ ਸਾਹਮਣੇ ਵਾਲਾ ਆਦਮੀ ਤੁਹਾਨੂੰ ਬੇਵਕੂਫ ਸਮਝ ਰਿਹਾ ਹੈ ਨਾ, ਜਾਂ ਤੁਸੀਂ ਜ਼ਿਆਦਾ ਸੌਫਟ ਸਪੋਕਨ ਹੋ ਰਹੇ ਹੋ ਉਹਦੇ ਨਾਲ ਤੇ ਉਹ ਤੁਹਾਡੇ ਸਿਰ ਦੇ ਉੱਪਰ ਬੈਠ ਰਿਹਾ ਜਾ ਕੇ, ਹੈ ਨਾ। ਪਰ ਜੀ ਤੁਹਾਡੀ ਗੱਲ ਮੈਂ ਇੱਥੇ ਟੋਕਦਾ ਵਾਂ। ਜਦੋਂ ਵੀ ਕੋਈ ਕਿਸੇ ਨੂੰ ਇਹ ਸੋਚਦਾ ਕਿ ਵੀ ਮੈਂ ਇਸ ਨੂੰ ਬੇਵਕੂਫ ਬਣਾ ਰਿਹਾ, ਦਰਅਸਲ ਉਹ ਖੁਦ ਬੇਵਕੂਫ ਹੁੰਦਾ। ਇਹ ਨਾ ਸੋਚੋ ਕਿ ਕੋਈ ਇਨਸਾਨ ਤੁਹਾਨੂੰ ਬੇਵਕੂਫ ਬਣਾ ਸਕਦਾ, ਤੁਹਾਨੂੰ ਖੁਦ ਨੂੰ ਪਤਾ ਕਿ ਤੁਹਾਡੀ ਕੀ ਬਾਉਂਡਰੀ ਹੈ, ਤੁਹਾਡੀ ਕੀ ਇੱਕ ਲਿਮਿਟ ਆ,
ਤੁਸੀਂ ਨਹੀਂ ਕਹਿ ਸਕਦੇ ਕਿ ਫਲਾਨਾ ਬੰਦਾ ਆਪਾਂ ਨੂੰ ਬੇਵਕੂ ਬਣਾ ਗਿਆ। ਦਰਅਸਲ ਕੀ ਹੁੰਦਾ ਵਾ ਕਿ ਆਪਾਂ ਉਸ ਨੂੰ ਇੱਕ ਇਨਸਾਨੀਅਤ ਦੇ ਤੌਰ 'ਤੇ, ਪਿਆਰ ਦੇ ਤੌਰ 'ਤੇ, ਇਮੋਸ਼ਨ ਦੇ ਤੌਰ 'ਤੇ ਲੈਂਦੇ ਹਾਂ, ਤਾਂ ਕਰਕੇ ਹੀ ਉਹ ਆਪਾਂ ਨੂੰ ਇਹ ਸੋਚਦਾ ਕਿ ਸ਼ਾਇਦ ਮੈਂ ਇਸ ਨੂੰ ਬੇਵਕੂ ਬਣਾ ਗਿਆ। ਨਹੀਂ, ਤੁਸੀਂ ਉਸਨੂੰ ਇੱਕ ਪਿਆਰ ਦੇ ਤੌਰ 'ਤੇ ਲਿਆ ਹੁੰਦਾ। ਪਰ ਜਦੋਂ ਕੋਈ ਪਿਆਰ ਨਾਲ ਨਾ ਸਮਝੇ, ਕਹਿੰਦੇ ਇੱਕ ਵਾਰੀ ਸਮਝਾਓ, ਦੋ ਵਾਰੀ ਸਮਝਾਓ, ਤੀਜੀ ਵਾਰੀ ਤਾਂ ਤੁਹਾਨੂੰ ਉਹਨੂੰ ਥੋੜ੍ਹਾ ਜਿਹਾ ਹਾਰਡ ਲਫ਼ਜ਼ ਬੋਲਣੇ ਚਾਹੀਦੇ, ਤਾਂ ਕਿ ਉਹਨੂੰ ਵੀ ਪਤਾ ਲੱਗ ਜਾਏ ਕਿ ਤੁਸੀਂ ਵੀ ਇੰਨੇ ਜ਼ਿਆਦਾ ਚੁੱਪ ਰਹਿਣ ਵਾਲੇ ਨਹੀਂ ਹੈਗੇ, ਤੁਸੀਂ ਵੀ ਗੱਲ ਨੂੰ ਸਮਝਦੇ ਹੋ ਕਿ ਕੀ ਗਲਤ ਹੈ ਅਤੇ ਕੀ ਸਹੀ ਹੈ, ਰਾਈਟ? ਜਿਹਨੂੰ ਕਹਿ ਲਓ ਕਿ ਖਿਜਾਉਣਾ। ਇੱਦਾਂ ਹੀ ਤੁਹਾਨੂੰ ਇੱਕ ਹੋਰ ਗੱਲਬਾਤ ਸੁਣਾਉਂਦੇ ਹਾਂ ਜੀ। ਇੱਕ ਬਹੁਤ ਪਹੁੰਚੇ ਹੋਏ ਪੁਰਖ ਹੁੰਦੇ ਨੇ, ਉਹਨਾਂ ਕੋਲ ਇੱਕ ਚਿਮਟੇ ਵਜਾਉਣ ਵਾਲਾ ਬੈਠਾ ਹੁੰਦਾ, ਔਰ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਪਹੁੰਚਿਆ ਹੋਇਆ ਫਕੀਰ ਹੁੰਦਾ। ਉਹ ਸਿਰਫ ਉਸ ਬਾਬੇ ਨੂੰ ਸਬਕ ਸਿਖਾਉਣ ਲਈ ਹੀ ਚਿਮਟੇ ਵਾਲਾ ਬਣ ਕੇ ਉੱਥੇ ਜਾਂਦਾ, ਔਰ ਉਹ ਬਹਿ ਜਾਂਦਾ ਉਸਦੇ ਦਰਬਾਰ ਦੇ ਵਿੱਚ, ਔਰ ਜਦੋਂ ਬਾਬਾ ਕੁਛ ਵੀ ਬੋਲਦਾ ਸੀ ਉਹ ਫਟਾਕ ਫਟਾਕ ਫਟਾ ਫਟਾ ਚਿਮਟਾ ਵਜਾਉਣ ਲੱਗ ਜਾਂਦਾ ਸੀ। ਔਰ ਬਾਬੇ ਨੇ ਉਹਨੂੰ, ਉਹਦੇ ਚੇਲਿਆਂ ਨੇ ਵੀ ਦੋ ਤਿੰਨ ਵਾਰ ਰੋਕਿਆ ਵੀ ਤੂੰ ਨਵਾਂ, ਜਦੋਂ ਬਾਬਾ ਜੀ ਬੰਦ ਹੋ ਜਾਣ ਉਹਨਾਂ ਬੋਲਣਾ ਜਾਂ ਆਪਣਾ ਪ੍ਰਵਚਨ ਦੇਣਾ ਬੰਦ ਨਾ, ਫਿਰ ਤੂੰ ਆਪਣਾ ਕੰਮ ਸ਼ੁਰੂ ਕਰਨਾ। ਉਹ ਫਿਰ ਵਿੱਚ ਲੱਗ ਜਾਂਦਾ ਸੀ, ਉਹ ਫਿਰ ਵਿੱਚ ਲੱਗ ਜਾਂਦਾ। ਆਖਿਰਕਾਰ ਬਾਬਾ ਖਿੱਚ ਕੇ ਉਹਨੂੰ ਪੈ ਗਿਆ, ਕਹਿੰਦਾ ਭਾਈ ਤੂੰ ਕਦੋਂ ਹਟੇਗਾ? ਸੋ ਉਹਨੂੰ ਸਾਈਡ 'ਤੇ ਲਿਜਾ ਕੇ ਉਹਦੇ ਦੋ ਤਿੰਨ ਧਰੀਆਂ ਵੀ ਚੇਲਿਆਂ ਨੇ ਕਿ ਵੀ ਤੂੰ ਆਹ ਕੀ ਕਰ ਰਿਹਾ। ਸੋ ਇਹ ਕਹਿਣ ਦਾ ਮੇਰਾ ਮਕਸਦ ਇਹੀ ਆ ਕਿ ਚਿੜਚਿੜਾਪਨ, ਇਮੋਸ਼ਨਸ, ਕਿ ਤੁਸੀਂ ਕਿਸੇ ਚੀਜ਼ ਨੂੰ ਕਿੰਨਾ ਕੁ ਲੈਣਾ, ਰਾਈਟ? ਅਗਰ ਤੁਹਾਨੂੰ ਪਤਾ ਕਿ ਤੁਸੀਂ ਲੋਕਾਂ ਲਈ ਆਪਣਾ ਕੰਮ ਕਰ ਰਹੇ ਹੋ, ਲੋਕਾਂ ਪ੍ਰਤੀ ਆਪਣੇ ਆਪ ਨੂੰ ਉਜਾਗਰ ਕਰ ਰਹੇ ਹੋ ਜਾਂ ਲੋਕਾਂ ਲਈ ਕਰ ਰਹੇ ਹੋ, ਤਾਂ ਤੁਹਾਨੂੰ ਚਿੜਨ ਦੀ ਤਾਂ ਕੋਈ ਲੋੜ ਹੀ ਨਹੀਂ, ਰਾਈਟ? ਉਹ ਵੀ ਆਪਣੇ ਲਈ ਚਿਮਟਾ ਵਜਾ ਰਿਹਾ ਜਾਂ ਆਪਣੇ ਲਈ ਸਭ ਕੁਛ ਕਰ ਰਿਹਾ ਵਾ, ਠੀਕ ਹੈ ਜੀ, ਪਰ ਇਸ ਦੇ ਵਿੱਚ ਉਸਦਾ ਮੇਨ ਮਕਸਦ ਇਹ ਸੀਗਾ ਕਿ ਇਹ ਬਾਬਾ ਜਿਹੜਾ ਉਹ ਫੇਕ ਹੈ, ਕਿਉਂਕਿ ਜਿਹਦੇ ਵਿੱਚ ਇੰਨੀ ਕੁ ਇਮੋਸ਼ਨ, ਉਹਦੇ ਇਮੋਸ਼ਨ ਇੰਨੇ ਕੁ ਹੀ ਲਾਈਟ ਨੇ ਜਾਂ ਇੰਨੇ ਸਟਰੋਂਗ ਨਹੀਂ ਹੈਗੇ ਕਿ ਉਹ ਮਾੜੇ ਜਿਹੇ ਚਿਮਟੇ ਵਜਾਉਣ 'ਤੇ ਗੁੱਸੇ ਵਿੱਚ ਆ ਗਿਆ, ਉਹਦੇ ਇਮੋਸ਼ਨ ਗੁੱਸੇ ਦਾ ਰੂਪ ਧਾਰਨ ਕਰ ਗਏ ਨੇ, ਤਾਂ ਫਿਰ ਨੈਚੁਰਲੀ ਉਹ ਫਿਰ ਦੂਜਿਆਂ ਨੂੰ ਕੀ ਸੁਧਾਰ ਦੇਵੇਗਾ। ਸੋ ਇਸ ਲਈ ਆਪਾਂ ਆਪਣੇ ਦਰਸ਼ਕਾਂ ਨਾਲ ਜੁੜੇ ਹੋਏ ਹਾਂ। ਤੁਸੀਂ ਸਾਨੂੰ ਫੋਨ ਕਾਲ ਕਰੋ 905-458-4444, 9054584444 'ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕਿ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ। ਸਾਂਝਾ ਪੰਜਾਬ ਸਟੂਡੀਓ 'ਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ ਜੀ। ਤੁਸੀਂ ਕਾਲ ਕਰੋ, ਆਪਣੇ ਵਿਚਾਰ ਦੱਸੋ ਜੀ। ਜੋਤੀ ਜੀ ਬਿਲਕੁਲ, ਔਰ ਮੈਂ ਵੀ ਇਹੀ ਕਹਾਂਗੀ ਕਿ ਜਲਦੀ ਨਾਲ ਕਾਲ ਕਰੋ 9054584444 'ਤੇ। ਅੱਜ ਦਾ ਟੋਪਿਕ ਬੜਾ ਖਾਸ ਹੈ। ਕਹਿੰਦੇ ਹਨ ਭਾਸ਼ਣ ਦੇਣਾ ਹਮੇਸ਼ਾ ਆਸਾਨ ਹੁੰਦਾ, ਲੇਕਿਨ ਉਹਨੂੰ ਅਪਲਾਈ ਕਰਨਾ ਬਹੁਤ ਮੁਸ਼ਕਲ ਹੁੰਦਾ। ਅਸੀਂ ਖੈਰ ਚਾਹਾਂਗੇ ਕਿ ਅਸੀਂ ਚੰਗੀਆਂ ਗੱਲਾਂ ਤੁਹਾਡੇ ਨਾਲ ਕਰੀਏ, ਹੋ ਸਕਦਾ ਸਾਰੀਆਂ ਗੱਲਾਂ ਤੁਹਾਨੂੰ ਸਾਡੀਆਂ ਸਹੀ ਵੀ ਨਾ ਲੱਗਣ, ਲੇਕਿਨ ਫਿਰ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਅਸੀਂ ਪੋਜ਼ਿਟਿਵ ਗੱਲਾਂ ਕਰੀਏ ਤੁਹਾਡੇ ਨਾਲ, ਔਰ ਕਿਤੇ ਨਾ ਕਿਤੇ ਤੁਹਾਡੇ ਵਿੱਚ ਵੀ ਪੋਜ਼ਿਟਿਵ ਆਏ ਔਰ ਸਾਡੇ ਵਿੱਚ ਵੀ ਪੋਜ਼ਿਟਿਵ ਆਏ, ਰਾਈਟ? ਸੋ ਇਸ ਕਰਕੇ ਇਹ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ, ਔਰ ਇਹ ਕੋਸ਼ਿਸ਼ ਕਾਮਯਾਬ ਜ਼ਰੂਰ ਹੋਏਗੀ ਕਦੇ ਨਾ ਕਦੇ। ਬਿਲਕੁਲ ਜੀ, ਹੱਸੋ ਹਸਾਓ, ਹੱਸਦੇ ਰਹੋ, ਖੁਸ਼ ਰਹੋ। ਸਾਡਾ ਮਕਸਦ ਇਹੀ ਆ ਕਿ ਅਸੀਂ ਲੋਕਾਂ 'ਚ ਜਾਂ ਆਪਣੇ ਦਰਸ਼ਕਾਂ ਦੇ ਵਿੱਚ ਗੱਲਬਾਤ ਦੇ ਜ਼ਰੀਏ ਥੋੜ੍ਹੀ ਬਹੁਤੀ ਅਵੇਅਰਨੈਸ ਲਿਆ ਸਕੀਏ। ਦੇਖੋ ਜੀ, ਅਸੀਂ ਖੁਦ ਤਾਂ ਕਿਸੇ ਇੰਨੇ ਹੈ ਨਹੀਂ ਗਏ ਕਿ ਅਸੀਂ ਕਿਸੇ ਨੂੰ ਸਮਝਾ ਸਕੀਏ, ਕਿਉਂਕਿ ਸਾਡੇ ਤੋਂ ਵੀ ਬਹੁਤ ਜ਼ਿਆਦਾ ਸਮਝਦਾਰ ਸਾਡੇ ਦਰਸ਼ਕ ਨੇ ਜਿਹੜੇ ਸਾਨੂੰ ਗਾਈਡ ਕਰਦੇ ਨੇ, ਸਾਨੂੰ ਸੁਣਦੇ ਨੇ ਧਿਆਨ ਨਾਲ, ਔਰ ਸਾਨੂੰ ਦੱਸਦੇ ਨੇ ਕਿ ਅਸੀਂ ਕਿਹੋ ਜਿਹੇ ਟੌਪਿਕ ਤੁਹਾਡੇ ਰੂਬਰੂ ਕਰੀਏ, ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਣ। ਔਰ ਆਪਾਂ ਕਰਨੇ ਬਿਲਕੁਲ ਆਪਣੇ ਦਰਸ਼ਕਾਂ ਦੇ ਲਈ, ਤੇ ਤੁਸੀਂ ਜਲਦੀ ਨਾਲ ਨੰਬਰ ਨੋਟ ਕਰੋ 9054584444 'ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ, ਔਰ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾ ਸਕਦੇ ਹੋ। ਅਸੀਂ ਪਲੇ ਕਰਨੇ ਆ ਤੁਹਾਡੇ ਲਈ ਇੱਕ ਪਿਆਰਾ ਜਿਹਾ ਨੰਬਰ, ਆਓ ਮਿਲ ਕੇ ਇੰਜੋਏ ਕਰਨੇ ਆ ਚਾਹ ਦੀਆਂ ਚੁਸਕੀਆਂ ਦੇ ਨਾਲ। ਖੈਰ ਸਾਡੇ ਕੋਲ ਚਾਏ ਨਹੀਂ ਹੈਗੀ, ਬਟ ਤੁਸੀਂ ਚਾਏ ਪੀ ਸਕਦੇ ਹੋ ਕਿਉਂਕਿ ਤੁਸੀਂ ਘਰ ਬੈਠੇ ਹੋ।